ਚਲੋ ਜੀ ਕੇਵਨੇ ਵਿੱਚ ਨਾਸ਼ਤੇ ਨਾ ਫਾਸਟ ਫੂਡ ਨਾ ਇੰਤਜ਼ਾਮ ਵੈਸੇ ਆਪਣੇ ਸਟਾਈਲ ਹਰ ਚੀਜ਼ ਰੈਡੀ ਹੋ ਗਿਆ ਜੀ ਸਾਡਾ ਨਾਸ਼ਤਾ ਅਸੀਂ ਖਾਣਾ ਕੀਤਾ ਬੰਦਾ ਨਾਸ਼ਤਾ ਕਰਨ ਚਲੋ ਜੀ ਬੈਕ ਜਿਹੜਾ ਵਿਊ ਹੈ ਮਾਸ਼ਾ ਅੱਲਾ ਦੱਸਣੇ 'ਚ ਤੱਕਣੇ 'ਚ ਬਹੁਤ ਫਰਕ ਹੈ ਪਰ ਫਿਰ ਵੀ ਤੱਕੋ ਅੱਲਾ ਮੀਆਂ ਨੀ ਸ਼ਾਨ ਅੱਲਾ ਮੀਆਂ ਕਹਿ ਕਹਿ ਚੀਜ਼ ਬਣਾਈ ਜਿਹੜੀ ਚੀਜ਼ ਵੀ ਅੱਲਾ ਮੀਆਂ ਬਣਾਈ ਹੈ ਉਹ ਕਿਸੇ ਮਕਸਦ ਵਾਸਤੇ ਹੀ ਹੈ ਅੱਲਾ ਪਾਕ ਦਾ ਸ਼ੁਕਰ ਅਦਾ ਕਰਨੇ ਹਾਂ ਲੱਖ ਲੱਖ ਵਾਰੀ ਅਸਾਂ ਕਿ ਅੱਲਾ ਪਾਕ ਇਨਸਾਨ ਪੈਦਾ ਕੀਤਾ ਔਰ ਦੇਖੋ ਕਿ ਕਿਤਨੀ ਕਿਤਨੀ ਕੇਵ ਜੇ ਖਲੋਤੀ ਹੈ ਕਿਸ ਤਰੀਕੇ ਨਾਲ ਇੱਕ ਕੇਵਾਂ ਇਹਨਾਂ ਨੇ ਵਿੱਚ ਫਿਰ ਰੂਮਾਂ ਪਹਾੜ ਹੈ ਨਾ ਪਹਾੜ ਪਹਾੜ ਹੈ ਤਾਂ ਇਹਨਾਂ ਦੇ ਵਿੱਚ ਰੂਮਾਂ ਨੇ ਇਹਨਾਂ ਰੂਮਾਂ ਵਿੱਚ ਲੋਕ ਫਿਰ ਰਹਿਣੇ ਆਣ ਕੇ ਇੱਥੇ ਰਾਤ ਗੁਜ਼ਾਰਨੇ ਦੋ ਰਾਤਾਂ ਤ੍ਰੈ ਰਾਤਾਂ ਜਿਸ ਤਰ੍ਹਾਂ ਨਾ ਆਉਣੇ ਫਿਰਨੇ ਤੁਰਨੇ ਟਾਈਮ ਗੁਜ਼ਾਰਨੇ ਚਿਲ ਛਿਲ ਕਰਨੇ ਫੈਮਲੀਆਂ ਨਾਲ ਮਾਸ਼ਾ ਅੱਲਾ ਬਿਊਟੀਫੁਲ ਅੱਜ ਵੀ ਵੈਦਰ ਨਾਈਸ ਵੈਦਰ ਹੈ ਇੱਥੇ ਇੱਥੇ ਵੈਸੇ ਸਰਦੀ ਹੈ ਵੈ ਠੰਡੀ ਹਵਾ ਹੈ ਥੋੜ੍ਹੀ ਸਰਦੀ ਹੈ ਦੇਖੋ ਜੀ ਇਹ ਮੈਂ ਅਸਾਂ ਜਿਸ ਜਗ੍ਹਾ ਨਹੀਂ ਆ ਨਾ ਜਿਸ ਕੇਵ ਵਿੱਚ ਉਸਨੇ ਅਪਰਲੇ ਹਿੱਸੇ 'ਚੋਂ ਖਲੋ ਕੇ ਮੈਂ ਬਣਾ ਨਿਕਲਿਆ ਵਾਂ ਵਿਊ ਬੈਕ ਵਿਊ ਜਿਹੜਾ ਆਊਟ ਆਫ ਵਿਊ ਸਾਈਡਾਂ ਨਾ ਵੈ ਪਹਾੜ ਹੀ ਪਹਾੜ ਨਜ਼ਰ ਆ ਰਿਹਾ ਜਿਸ ਪਾਸੇ ਪੂਰੀ ਨਜ਼ਰ ਮਾਰੋ ਜਿਸ ਰਿਹਾ ਮਰੀ ਮੁਸਫਰਾਬਾਦ ਵਾਲੇ ਪਾਸੇ ਜਾਓ ਨਾ ਉਹ ਸਾਫ ਹੋਣਾ ਦੇਖੇ ਇਸੀ ਕੀ ਆਣੇ ਕਾਪਾਡੋਕੀਆ ਕਾਪਾਡੋਕੀਆ ਕਾਪਾਡੋਕੀ ਜਿਹੜਾ ਡਰਾਈਵਰ ਐਸਾ ਨਾ ਉਹ ਆਉਣਾ ਕਾਪਾਡੋਸੀਆ ਅਸਾਂ ਆਣਿਆ ਕਾਪਾਡੋਕੀਆ ਪਤਾ ਨਹੀਂ ਕੁਛ ਕੁਛ ਸਹੀ ਜਿਹਾ ਪੁੱਛਾਂ ਕਾਪਾਡੋਕੀਆ ਜਾਂ ਕਾਪਾਡੋਸੀਆ ਹੈ ਜਾਂ ਕਹਿ ਲਫਜ਼ ਹੈ ਸਹੀ ਪੱਕਾ ਕੁਛ ਕਾਪਾਡੋਕੀਆ ਆਖਣੇ ਕੁਛ ਕਾਪਾਡੋਸੀਆ ਆਖਣੇ ਤਾਂ ਅਸਾਂ ਕਾਪਾਡੋਸੀਆ ਨਾ ਆਖ ਲਵਾਂ ਇਹ ਦੇਖੋ ਜੀ ਕਿਆ ਬਾਤ ਹੈ ਦੇਖੋ ਰੂਮਾਂ ਕੇਵ ਨੇ ਵਿੱਚ ਅੱਜ ਅਸਾਂ ਇੱਥੋਂ ਨਿਕਲਣਾ ਵੀ ਹੈ ਇਨਸ਼ਾ ਅੱਲਾ ਅੱਜ ਅਸਾਂ ਇੱਧਰੋਂ ਨਿਕਲਣਾ ਇੱਧਰੋਂ ਅਸਾਂ ਟਰੈਵਲ ਕਰਨਾ ਰਾਤੀ ਸ਼ਾਮ ਵੇਲੇ ਨਿਕਲ ਸਾਂ ਇਨਸ਼ਾ ਅੱਲਾ ਬੈਕ ਟੂ ਇਸਤੰਬੋਲ ਉਮੀਦ ਹੈ ਕਿ ਇਨਸ਼ਾ ਅੱਲਾ ਮਿਡ ਨਾਈਟ ਅੱਧੀ ਰਾਤੀ ਤੱਕ ਇਸਤੰਬੋਲ ਪਹੁੰਚ ਹੀ ਜਾਸਾਂ ਅੱਲਾ ਖੈਰ ਕਰੇ ਇਨਸ਼ਾ ਅੱਲਾ ਖੈਰ ਹੋਵੇ
ہاں جی کیا سٹوری ہے؟ کواڈ بائیک دسو، کواڈ بائیک ਐਪ ਪਾਰਕ ਕੀਤੀਆਂ ਜੀ ਜਸਕੀਆਂ ਸੋਰੀ ਕੱਟ ਬਾਈਕ। ਹੁਣ ਅਸੀਂ ਆਉਣੇ ਨੇ ਤਾਂ ਟੁਰੋ ਫਿਰੋ ਥੋੜ੍ਹੇ ਜਿਹੇ, ਹੁਣ ਅਸਾਂ ਟੁਰਨ ਫਿਰਨ ਲੱਗਣੇ ਹਾਂ, ਤੱਕਣੇ ਹਾਂ ਕਿ ਕਿਹੜੇ ਪਾਸੇ ਕਿਆ ਸੂਰਤ ਹਾਲ ਹੈ, ਅੱਗੇ ਪਿੱਛੇ ਕਿਆ ਕੁਝ ਹੈ। ਇੱਥੇ ਟੈਕਸੀਆਂ ਵੀ ਖੜ੍ਹੀਆਂ ਨੇ। ਇਹ ਕੱਟ ਬਾਈਕ ਤਕਰੀਬਨ ਕੋਈ 15-20 ਮਿੰਟ ਡਰਾਈਵ ਤੋਂ ਬਾਅਦ ਇੱਥੇ ਆਉਂਦੇ ਨੇ। ਮੈਂ ਹਾਲੇ ਇੱਥੇ ਖੜ੍ਹਾ ਕਰਨੇ ਹੋ ਸਨ ਭਾਈ, ਜਿਹਨਾਂ ਕੋਈ ਚਾਹ ਸ਼ਾਹ ਪੀਣੀ ਕੁਝ ਹੈ, ਦੇਖਭਾਲ ਕਰਨੀ ਆਪਣੀ ਉਹ ਕਰ ਲਓ। ਇਹ ਸਾਈਡ ਦੇਖੋ ਕਿਹੜੀ ਹੈ, ਇਹ ਬੈਕ ਸਾਈਡ। ਇਹ ਅਸੀਂ ਦੱਸਣ ਵਾਸਤੇ ਇੱਥੇ ਆਉਂਦੇ ਹਾਂ। ਇਹ ਚੀਜ਼ ਵੈਸੇ ਵੀ ਇੱਥੇ ਇਹਨਾਂ ਨੇ ਚਾਹ ਪਾਣੀ ਦਾ ਇੰਤਜ਼ਾਮ ਕੀਤੇ ਆ ਸਾਡੇ ਵਾਸਤੇ, ਨਹੀਂ ਵੈਸੇ ਖਾਣ ਪੀਣ ਨਾਲ ਇਤਨਾ ਜ਼ਿਆਦਾ ਨਹੀਂ, ਵੈਸੇ ਹੀ ਅਸੀਂ ਮੋਟਾ ਮਾੜਾ ਉਹ ਚੀਜ਼ਾਂ ਪੀਣੇ ਸੀ, ਚਾਹ ਸ਼ਾਹ ਜੇ ਉਹ ਚੀਜ਼ਾਂ ਇੱਥੇ ਰੱਖੀਆਂ ਨੇ, ਜ਼ਰਾ ਦਿਲ ਛਿਲ ਪਲਾਣੇ ਨੇ ਨਾਲ ਨਾਲ ਸਾਡਾ ਵੀ ਅਤੇ ਆਪਣਾ ਵੀ। ਸਾਈਡ ਉੱਪਰ ਅੱਗੇ ਅੱਗੇ ਜਾਣੇ ਆ, ਚੱਲੀ ਜਾਣੇ ਆ, ਚੱਲੀ ਜਾਣੇ ਆ, ਅਤੇ ਕੋੜੇ ਛੋੜੇ ਵੀ ਆਏ ਨੇ। ਚਲਤੇ ਜਾਓ, ਦੇਖਤੇ ਜਾਓ। ਜਿਹੜਾ ਵੀ ਆਇਆ ਨਾ ਬੰਦਾ ਬਹੁਤ ਚੰਗੇ, ਮਾਸ਼ਾ ਅੱਲਾਹ ਪਾਕਿਸਤਾਨੀਆਂ ਕੀ ਖਾਸ ਕਰ ਵੈਲਕਮ ਕਰਦੇ। ਕਾਫੀ ਜਵਾਬ ਚੱਕੇ ਨੇ ਬੂਟੇ ਲੱਗੇ ਡਿਫਰੈਂਟ ਡਿਫਰੈਂਟ ਜਵਾਬ। ਹੁਣ
ਹੁਣ ਅਸਾਂ ਜੁਲੇ ਹਾਂ ਜੀ ਵਾਪਸ ਤਾਂ ਰਿਕੁਐਸਟ ਇਹ ਹੈ ਕਿ ਇਸ ਚੈਨਲ ਕੀ ਪਲੀਜ਼ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੈਮਿਲੀ 'ਚ ਵੀ ਅਤੇ ਫਰੈਂਡਾਂ ਨਾਲ ਵੀ ਇਹ ਛੋਟੀ ਜਿਹੀ ਰਿਕੁਐਸਟ ਹੈ ਪਲੀਜ਼ ਇਸ ਰਿਕੁਐਸਟ ਕੀ ਕਬੂਲ ਕਰੋ ਤਾਂ ਹੁਣ ਆਹਰ ਪਰ ਅੱਲਾ ਹਾਫਿਜ਼ ਰੱਬ ਰਾਖਾ